ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਡਿਸਕਸ ਕਰਾਂਗੇ ਜੀ ਸਟਾਫ ਨਰਸ ਪੈਰਾਮੈਡੀਕਲ ਸਟਾਫ ਤੇ ਵਾਰਡ اٹੈਂਡੈਂਟ ਦੀ ਭਰਤੀ ਨਾਲ ਸੰਬੰਧਿਤ ਕੁਝ ਇੰਪੋਰਟੈਂਟ ਗੱਲਾਂ ਕੈਂਡੀਡੇਟਸ ਮਿਹਨਤ ਕਰ ਰਹੇ ਨੇ ਆਪਣੀ ਜੁਆਇਨਿੰਗ ਲੈਣ ਦੇ ਲਈ ਕਿਸ ਤਰ੍ਹਾਂ ਕਰ ਰਹੇ ਨੇ ਸਾਰੀ ਡਿਟੇਲ ਵਿੱਚ ਇਨਫੋਰਮੇਸ਼ਨ ਦਿੱਤੀ ਜਾਵੇਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਸਟੂਡੈਂਟ ਤੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਜੀ ਤਾਂ ਕਿ ਹਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਚੈਨਲ ਦੇ ਉੱਤੇ ਆਪਾਂ ਐਗਜ਼ਾਮ ਪ੍ਰੈਪਰੇਸ਼ਨ ਦੇ ਨਾਲ ਨਾਲ ਜੌਬ ਨੋਟੀਫਿਕੇਸ਼ਨ ਪ੍ਰੋਵਾਈਡ ਕਰਦੇ ਹਾਂ ਅਤੇ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹ ਡਿਸਕਸ ਅਤੇ ਸ਼ੇਅਰ ਕੀਤੀ ਜਾਂਦੀ ਹੈ ਸੋ ਲੈ ਕੇ ਚੱਲਦੇ ਆ ਜੀ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਨਿਯੁਕਤੀ ਪੱਤਰਾਂ ਦੀ ਉਡੀਕ ਵਿੱਚ ਨਰਸਿੰਗ ਸਟਾਫ ਜਿਹੜੇ ਨਰਸਿੰਗ ਕੈਂਡੀਡੇਟ ਆ ਚਾਹੇ ਉਹ ਸਟਾਫ ਨਰਸ ਵਾਲੇ ਹੋਣ ਚਾਹੇ ਉਹ ਪੈਰਾਮੈਡੀਕਲ ਸਟਾਫ ਵਾਲੇ ਬੱਚੇ ਹੋਣ ਜਿਨ੍ਹਾਂ ਨੇ 19 ਦਸੰਬਰ ਨੂੰ ਤੇ 21 22 ਤਰੀਕਾਂ ਦੇ ਵਿੱਚ ਐਗਜ਼ਾਮ ਦਿੱਤਾ ਸੀ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਲਗਭਗ ਕੰਪਲੀਟ ਹੋ ਚੁੱਕੀ ਹੈ ਡੀਆਰਐਮਏ ਵੱਲੋਂ ਸਾਰਾ ਕੁਝ ਕੰਪਲੀਟ ਕਰ ਲਿਆ ਗਿਆ ਵਾ ਸਿਰਫ ਜੁਆਇਨਿੰਗ ਲੈਣੀ ਬਾਕੀ ਹੈ ਜੁਆਇਨਿੰਗ ਲੈਣ ਦੇ ਲਈ ਦੇਖੋ ਇਹ ਥੋੜੇ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਹੈਲਥ ਮਿਨਿਸਟਰ ਸਾਹਿਬ ਵਿਜੇ ਸਿੰਘਲਾ ਜੀ ਨੂੰ ਮਿਲੇ ਸੀਗੇ ਸੋ ਇੱਥੇ ਲਿਖਿਆ ਕਿ ਟੈਸਟ ਪਾਸ ਕਰਨ ਦੇ ਬਾਵਜੂਦ ਨਰਸਿੰਗ ਸਟਾਫ ਪਿਛਲੇ 4 ਮਹੀਨੇ ਤੋਂ ਆਪਣੇ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਿਹਾ ਹੈ ਭਾਵੇਂ ਪੰਜਾਬ ਸਰਕਾਰ ਨੇ ਫਰਵਰੀ ਮਹੀਨੇ ਵਿੱਚ ਨਰਸਿੰਗ ਸਟਾਫ ਦੇ ਦਸਤਾਵੇਜ਼ ਜਸਮਿਤ ਵੈਰੀਫਿਕੇਸ਼ਨ ਵੀ ਕਰਵਾ ਲਈ ਸੀ ਪਰ ਅਜੇ ਤੱਕ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਅਮਨਦੀਪ ਕੌਰ ਬਠਿੰਡਾ ਜਸਵਿੰਦਰ ਕੌਰ ਰਾਕੇਸ਼ ਸ਼ਰਮਾ ਤੇ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਨਿਯੁਕਤੀ ਪੱਤਰ ਲੈਣ ਲਈ 922 ਨਰਸਿੰਗ ਸਟਾਫ ਸਮਿਤ ਸਿਹਤ ਮੰਤਰੀ ਵਿਜੇ ਸਿੰਘ ਲਾ ਨੂੰ ਜੀ ਨੂੰ ਮਿਲ ਚੁੱਕੇ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਦੱਸਿਆ ਕਿ 19 ਦਸੰਬਰ 2021 ਨੂੰ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਉਮੀਦਵਾਰਾਂ ਦਾ ਨਰਸਿੰਗ ਸਟਾਫ ਲਈ ਪੇਪਰ ਲਿਆ ਗਿਆ ਸੀ ਜਿਸ ਦਾ ਨਤੀਜਾ ਯੂਨੀਵਰਸਿਟੀ ਵੱਲੋਂ ਆਪਣੀ ਵੈੱਬਸਾਈਟ ਤੇ ਐਲਾਨ ਦਿੱਤਾ ਗਿਆ ਸੀ ਸੋ ਇਹ ਇਸ ਕਾਫੀ ਮਿਹਨਤ ਕਰ ਰਿਹਾ ਜੀ ਕੈਂਡੀਡੇਟ ਸੋ ਉਮੀਦ ਆ ਵਿਜੇ ਸਿੰਘਲਾ ਜੀ ਨੇ ਵੀ ਭਰੋਸਾ ਦਿੱਤਾ ਵਾ ਕਿ ਆਹ ਸ਼ਾਇਦ ਉਹ ਮੇਬੀ ਉਹ ਆਊਟ ਆਫ ਸਟੇਟ ਗੁਜਰਾਤ ਜਾ ਰਹੇ ਸੀ ਉਸ ਤੋਂ ਬਾਅਦ ਕਿ 8 9 ਤਰੀਕ ਤੋਂ ਬਾਅਦ ਜਿਹੜੇ 15 ਤਰੀਕ ਤੱਕ ਜਾਂ 20 ਤਰੀਕ ਤੱਕ ਤੁਹਾਨੂੰ ਜੁਆਇਨਿੰਗ ਲੈਟਰ ਇਸ਼ੂ ਕਰ ਦਿੱਤੇ ਜਾਣਗੇ ਸੋ ਇਸ ਦੇ ਸਬੰਧ ਵਿੱਚ ਆਪਾਂ ਇੱਕ ਤੁਹਾਨੂੰ ਹੋਰ ਨਿਊਜ਼ ਦਿਖਾਉਨੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਵਾਅਦਾ ਜਿਹੜਾ ਨਰਸਿੰਗ ਸਟਾਫ ਦਾ ਉਹ ਸਿਹਤ ਮੰਤਰੀ ਆਪਣੇ ਵਿਜੇ ਸਿੰਘਲਾ ਜੀ ਨੂੰ ਮਿਲਿਆ ਸੀ ਸੋ ਕੋਸ਼ਿਸ਼ਾਂ ਬਹੁਤ ਕਰ ਰਿਹਾ ਹੈ ਕੈਂਡੀਡੇਟ ਸੋ ਇਹਨਾਂ ਦੀ ਮਿਹਨਤ ਕਦੋਂ ਰੰਗ ਲੈ ਕੇ ਆਉਂਦੀ ਹੈ ਹੁਣ ਦੇਖਦੇ ਆ ਕਿੰਨੇ ਦਿਨਾਂ ਦੇ ਵਿੱਚ ਇਹਨਾਂ ਨੂੰ ਜੁਆਇਨਿੰਗ ਲੈਟਰ ਮਿਲਦੇ ਆ ਕਿਉਂਕਿ ਹੈਲਥ ਮਿਨਿਸਟਰ ਸਾਹਿਬ ਵੱਲੋਂ ਕਾਫੀ ਭਰੋਸਾ ਦਿੱਤਾ ਗਿਆ ਵਾ ਕਿ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿ ਐਂਡ ਦੇ ਵਿੱਚ ਲਿਖਿਆ ਹੋਇਆ ਵਾ ਸਿਹਤ ਮੰਤਰੀ ਵਿਜੇ ਸਿੰਘਲਾ ਜੀ ਵੱਲੋਂ ਵੀ ਭਰੋਸਾ ਦਿੱਤਾ ਗਿਆ ਸੀ ਪਹਿਲਾਂ ਭਰੋਸਾ ਦਿੱਤਾ ਗਿਆ ਸੀ ਕਿ 20 April ਤੱਕ ਆਰਡਰ ਜਾਰੀ ਕਰ ਦਿੱਤੇ ਜਾਣਗੇ ਪਰ ਉਹ ਹੋਏ ਨਹੀਂ ਸੀਗੇ ਹੁਣ ਉਹਨਾਂ ਨੇ 15 May ਦਾ ਦੱਸਿਆ ਵਾ ਸ਼ਾਇਦ ਵੀ ਉਦੋਂ ਤੱਕ ਜੁਆਇਨਿੰਗ ਲੈਟਰ ਨੇ ਜਿਹੜੇ ਉਹ ਇਸ਼ੂ ਕਰ ਦਿੱਤੇ ਜਾਣਗੇ ਸੋ ਦੇਖਦੇ ਹਾਂ ਜੀ ਇਸੇ ਤਰ੍ਹਾਂ ਜਿਹੜੇ ਵਾਰਡ اٹੈਂਡੈਂਟ ਦੀ ਆਪਾਂ ਗੱਲ ਕਰਦੇ ਹਾਂ ਜੇ ਵਾਰਡ اٹੈਂਡੈਂਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਐਗਜ਼ਾਮ ਵੀ ਇਸ ਤੋਂ ਪਹਿਲਾਂ ਦਾ ਐਗਜ਼ਾਮ ਹੋਇਆ ਹੋਇਆ ਵਾ ਤੇ ਉਹਨਾਂ ਦੇ ਜਿਹੜੇ 300 ਕੈਂਡੀਡੇਟ ਸੀਗੇ ਉਹਨਾਂ ਨੂੰ ਜੁਆਇਨਿੰਗ ਮਿਲ ਗਈ ਬਟ ਜਿਹੜੇ ਉਸ ਤੋਂ ਬਾਅਦ ਵਾਲੇ ਕੈਂਡੀਡੇਟ ਨੇਗੇ ਇੱਥੋਂ ਤੱਕ ਕਿ ਜਿੱਥੋਂ ਤੱਕ ਮੇਰੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਕਿ ਜਿਹੜੇ 300 ਕੈਂਡੀਡੇਟ ਸੀ ਜਿਨ੍ਹਾਂ ਦੀ ਜੁਆਇਨਿੰਗ ਹੋਈ ਸੀ ਉਹਨਾਂ ਦੀ ਸੈਲਰੀ ਵੀ ਆ ਗਈ ਹੈ ਤੇ ਬਾਕੀਆਂ ਦੀ ਹਲੇ ਜੁਆਇਨਿੰਗ ਹੀ ਨਹੀਂ ਹੋ ਰਹੀ ਸੋ ਅਸੀਂ ਇਸ ਵੀਡੀਓ ਬਣਾਉਣ ਦੇ ਮਕਸਦ ਇਹ ਹੀ ਹੁੰਦੇ ਆ ਬਈ ਅ ਇਸੀ ਸਰਕਾਰ ਨੂੰ ਅਪੀਲ ਕਰ ਸਕੀਏ ਕਿ ਇਹ ਸਾਰੇ ਜਿਹੜੇ ਸਿਲੇਕਟਡ ਕੈਂਡੀਡੇਟ ਆ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਆ ਸੋ ਜਲਦੀ ਤੋਂ ਜਲਦੀ ਇਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣ ਤਾਂ ਕਿ ਇਹ ਆਪਣੇ ਆਪਣੇ ਜੌਬਸ ਤੇ ਕੰਮ ਤੇ ਲੱਗ ਸਕਣ ਸੋ ਉਮੀਦ ਆ ਜੀ ਤੁਹਾਨੂੰ ਅੱਜ ਦੀ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਲੈ ਕੇ ਆਉਂਦੇ ਰਹਾਂਗੇ ਇਦਾਂ ਦੀ ਅਸੀਂ ਇੰਪੋਰਟੈਂਟ ਇਨਫੋਰਮੇਸ਼ਨਸ ਤੁਹਾਡੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਦੇ ਨਾਲ ਧੰ